ਕਹਿੰਦੇ ਨੇ ਕਿ ਸਾਡੇ ਇਲਾਕੇ 'ਚ ਸਭ ਤੋਂ ਵੱਡੀਆਂ ਅਤੇ ਅੱਛੀਆਂ ਮੱਛੀਆਂ ਤੁਹਾਡੇ ਕੋਲ ਮਿਲਦੀਆਂ ਨੇ ਜੀ ਜੀ ਅਤੇ ਇਹਦੇ 'ਚ ਕੀ ਸਦਾਕਤ ਹੈ ਦਰੁਸਤ ਗੱਲ ਹੈ ਜੀ ਉਹ ਮੱਛੀ ਜਿਹੜੀ ਪੁਰਾਣੀ ਰਹਿ ਜੇ ਨਾ ਦੋ ਤਿੰਨ ਸਾਲ ਦੀ ਚਾਰ ਸਾਲ ਪੁਰਾਣੀ ਹੋ ਜੇ ਉਹ ਫਿਰ ਵੱਡੀ ਹੋ ਜਾਂਦੀ ਹੈ ਅੱਛਾ ਜ਼ਾਹਰ ਵਿੱਚ ਵੱਡਾ ਫਾਰਮ ਹੈ ਤਾਂ ਕੋਈ ਰਹਿ ਜਾਂਦੀ ਹੈ ਤੁਹਾਡੇ ਕੋਲ ਹਾਈਐਸਟ ਕਿੰਨੇ ਸਾਈਜ਼ ਤੋਂ ਹਾਲੇ ਤੱਕ ਮੱਛੀ ਸੇਲ ਕੀਤੀ ਹੈ ਅਸੀਂ 13-14 ਕਿਲੋ ਤੱਕ 13-14 ਕਿਲੋ ਤੱਕ ਅੱਛਾ ਮਾਸ਼ਾਅੱਲਾ 8-9 ਸਾਲ ਦਾ ਤਜਰਬਾ ਹੈ ਇਸ ਤਜਰਬੇ ਦੀ ਬੁਨਿਆਦ 'ਤੇ ਨਾਜ਼ਰੀਨ ਦੱਸੋ ਕਿ ਕਿਹੜੀ ਕਿਸਮ ਸਾਡੀ ਪਾਕਿਸਤਾਨੀ ਮਾਰਕੀਟ 'ਚ ਸਹੀ ਰਹਿੰਦੀ ਹੈ ਪ੍ਰੋਫਿਟ ਦੇ ਹਵਾਲੇ ਨਾਲ ਮੱਛੀ ਦੀ ਕਿਹੜੀ ਬਰੀਡ ਸਹੀ ਰਹਿੰਦੀ ਹੈ ਰੋਹ ਮੱਛੀ ਵੀ ਠੀਕ ਹੈ ਬਹੁਤ ਅੱਛੀ ਮੱਛੀ ਜ਼ੈਕ ਵਾਲੀ ਗੁਲਫਾਮ ਮੱਛੀ ਅੱਛੀ ਹੈ ਸਿਲਵਰ ਵੀ ਉਂਝ ਅਸੀਂ ਪਾਏ ਆ ਵਿੱਚ ਹਾਂ ਲੇਕਿਨ ਸਿਲਵਰ ਨੂੰ ਪਸੰਦ ਲੋਕ ਨਹੀਂ ਜ਼ਿਆਦਾ ਕਰਦੇ ਲੇਕਿਨ ਗਰੋਥ ਜ਼ਿਆਦਾ ਸਿਲਵਰ ਕਰਦਾ ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕੁਮ ਨਾਜ਼ਰੀਨ ਮੇਰਾ ਨਾਮ ਹੈ ਰਾਏ ਉਮਰ ਔਰ ਆਪ ਦੇਖ ਰਹੇ ਉਮਰ ਫਾਰਮਿੰਗ ਆਈਡੀਆਜ਼ ਨਾਜ਼ਰੀਨ ਆਜ ਹਮ ਆਪਕੋ ਫਿਸ਼ ਫਾਰਮ ਪੇ ਲੈ ਕੇ ਆਏ ਯੇ ਫਿਸ਼ ਫਾਰਮ ਸਿਆਲਕੋਟ ਕਾ ਨਹੀਂ ਯੇ ਪੰਜਾਬ ਕਾ ਨਹੀਂ ਯੇ ਪੂਰੇ ਪਾਕਿਸਤਾਨ ਕਾ ਸਭਸੇ ਬੜਾ ਫਿਸ਼ ਫਾਰਮ ਹੈ ਤੋ ਯੇ ਫਿਸ਼ ਫਾਰਮ ਬੜਿਆ ਹੋਣੇ ਕੀ ਵਜ੍ਹਾ ਏਕ ਤੋ ਯੇ 40 ਏਕੜ ਪਰ ਮੁਹੀਤ ਹੈ ਤਹੱਦ ਨਿਗਾਹ ਯੇ ਦੂਰ ਜਾ ਕੇ ਖਤਮ ਹੋਤਾ ਹੈ ਕੁਛ ਏਰੀਆ ਯੇ ਹੈ ਕੁਛ ਏਰੀਆ ਯੇ ਹਮਾਰੇ ਬੈਕ ਪੇ ਹੈ ਤੋ ਹਮ ਕੋਸ਼ਿਸ਼ ਕਰੇਂਗੇ ਆਪਕੋ ਮੈਕਸਿਮਮ ਏਰੀਆ ਇਸਕਾ ਦਿਖਾ ਸਕੇ ਇਸ ਸਾਈਡ ਪੇ ਵੀ ਯੇ ਕਾਫੀ ਦੂਰ ਤੱਕ ਫੈਲਾ ਹੋਇਆ ਤੋ ਇਸਕੀ ਗਹਿਰਾਈ ਜੋ ਹੈ ਵੋ 22 ਫੀਟ ਹੈ ਗਹਿਰਾਈ ਕੇ ਲਿਹਾਜ਼ ਸੇ ਸਭਸੇ ਗਹਿਰਾ ਜੋ ਫਿਸ਼ ਫਾਰਮ ਹੈ ਪਾਕਿਸਤਾਨ ਮੇਂ ਯੇ ਗਹਿਰਾਈ ਕੇ ਲਿਹਾਜ਼ ਸੇ ਸਭਸੇ ਜੋ ਗਹਿਰਾ ਫਿਸ਼ ਫਾਰਮ ਕਹਿਲਾਤਾ ਹੈ ਤੋ ਚਲੀਏ ਇਸਕੇ ਜੋ ਫਾਰਮਰ ਹੈ ਮਾਸ਼ਾਅੱਲਾ ਇਨਕਾ ਇੰਟਰਵਿਊ ਕਰਤੇ ਹੈ ਬਹੁਤ ਹੀ ਬਾਸ਼ਾਊਰ ਆਦਮੀ ਹੈ ਤੋ ਹਮ ਕੋਸ਼ਿਸ਼ ਕਰਤੇ ਹੈ ਕਿ ਮੈਕਸੀਮਮ ਜੋ ਮਾਲੂਮਾਤ ਹੈ ਇਨਸੇ ਲੇ ਸਕੇ ਕਿਉਂਕਿ ਯੇ ਜੋ ਉੱਪਰ ਜਾਨਵਰ ਹੋਤੇ ਹੈ ਉੱਪਰ ਫਿਸ਼ ਜੋ ਤਲਾਬ ਬਣਾ ਕੇ ਪਾਲੀ ਜਾਤੀ ਹੈ ਯੇ ਆਸਾਨ ਹੋਤੀ ਹੈ ਯੇ 22 ਫੀਟ ਹੈ ਇਸੇ ਪਕੜ 'ਤੇ ਵੀ ਯੇ ਮੈਂ ਆਪਕੋ ਅਗਰ ਦਿਖਾ ਸਕੂੰ ਤਾਂ ਯੇ ਕਸ਼ਤੀਆਂ ਰੱਖੀ ਹੋਈਆਂ ਇਹਨਾਂ ਨੇ ਉਨਸੇ ਯੇ ਪਕੜ ਵੀ ਰਹੇ ਹੈ ਔਰ ਦੂਸਰਾ ਇਸਕੀ ਫਾਰਮਿੰਗ ਬਹੁਤ ਟਫ ਹੋਤੀ ਹੈ ਤੋ ਹਮ ਇਨਸੇ ਪੁੱਛੇਂਗੇ ਕਿ ਯੇ ਫਾਰਮਿੰਗ ਇਹਨਾਂ ਨੇ ਇਤਨੀ ਟਫ ਕਿਉਂ ਚੂਜ਼ ਕੀ ਹੋਈ ਹੈ ਤੋ ਚਲੀਏ ਵੀਡੀਓ ਕੋ ਪ੍ਰੋਪਰ ਸ਼ੁਰੂ ਕਰਤੇ ਹੈ ਵੀਡੀਓ ਸ਼ੁਰੂ ਕਰਨੇ ਸੇ ਪਹਿਲੇ ਆਪਸੇ ਗੁਜ਼ਾਰਿਸ਼ ਹੈ ਵੀਡੀਓ ਕੋ ਲਾਈਕ ਕੀਆ ਕਰੇਂ ਦੋਸਤੋ ਕੇ ਸਾਥ ਸ਼ੇਅਰ ਕਰੇਂ ਵੀਡੀਓ ਅੱਛੀ ਲਗੇ ਤੋ ਸ਼ੇਅਰ ਵੀ ਜ਼ਰੂਰ ਕੀਆ ਕਰੇਂ ਤੋ ਕਮੈਂਟ ਸੈਕਸ਼ਨ ਮੇਂ ਆਪਣੀ ਰਾਏ ਕਾ ਇਜ਼ਹਾਰ ਜ਼ਰੂਰ ਕੀਜੀਏਗਾ ਸਬਸਕ੍ਰਾਈਬ ਕਰੇਂ ਉਮਰ ਫਾਰਮਿੰਗ ਆਈਡੀਆਜ਼ ਕੋ ਔਰ ਬੈਲ ਆਈਕਨ ਕੋ ਦਬਾ ਦੇ ਲੇਟੈਸਟ ਫਾਰਮਿੰਗ ਆਈਡੀਆਜ਼ ਸਭਸੇ ਪਹਿਲੇ ਹਾਸਿਲ ਕਰਨੇ ਕੇ ਲੀਏ ਤੋ ਚਲੀਏ ਵੀਡੀਓ ਸ਼ੁਰੂ ਕਰਤੇ ਹੈਂ ਅਲੈਕੁਮ ਜੀ ਵਾਲੇਕੁਮ ਸਲਾਮ ਅੰਕਲ ਜੀ ਕੈਸੇ ਹੈਂ ਜੀ ਬਹੁਤ ਠੀਕ ਅੰਕਲ ਜੀ ਨਾਜ਼ਰੀਨ ਕੋ ਆਪਣਾ ਤਾਰਫ ਕਰਵਾ ਦੇ ਜੀ ਸ਼ਫਾਕ ਅਹਿਮਦ ਹਬੀਬਪੁਰ ਸ਼ਫਾਕ ਅਹਿਮਦ ਹਬੀਬਪੁਰ ਅੰਕਲ ਜੀ ਇਹ ਫਿਸ਼ ਫਾਰਮਿੰਗ ਕਾ ਕਾਰੋਬਾਰ ਕਬ ਸੇ ਕਰ ਰਹੇ ਹੈਂ ਆਪ ਜੀ 8-9 ਸਾਲ ਸੇ 8-9 ਸਾਲ ਹੋ ਜੀ ਜੀ ਅੱਛਾ ਆਪਨੇ ਇਹ ਫਿਸ਼ ਫਾਰਮ ਕਿੰਨੇ ਰਕਬੇ ਮੇਂ ਬਣਾਇਆ ਹੋਇਆ ਹੈ 40 ਏਕੜ ਮੇਂ 40 ਏਕੜ ਮੇਂ ਜੀ ਜੀ ਕਿਤਨੀ ਗਹਿਰਾਈ ਕਾ ਫਿਸ਼ ਫਾਰਮ ਹੈ ਇਹ ਕੋਈ ਹੈ ਕੋਈ 15-16 ਫੁੱਟ 14 ਫੁੱਟ 14-15 ਫੁੱਟ 14 ਫੁੱਟ ਗਹਿਰਾਈ ਕਾ ਫਿਸ਼ ਫਾਰਮ ਹੈ ਆਮ ਤੌਰ ਪੇ ਮੈਨੇ ਦੇਖਿਆ ਕਿ ਫਿਸ਼ ਫਾਰਮ ਹੈ 6-7-8 ਫੁੱਟ ਕੇ ਜੀ ਜੀ ਆਪਨੇ ਜ਼ਿਆਦਾ ਗਹਿਰਾਈ ਕਾ ਕਿਉਂ ਬਣਾਇਆ ਅਸੀਂ ਤੇ ਰੇਤ ਪੁੱਟੀ ਇਥੋਂ ਠੀਕ ਹੈ ਆਪਣਾ ਰਕਬਾ ਸੀ ਠੀਕ ਹੈ ਰੇਤ ਪੁੱਟੀ ਤੇ ਫਿਰ ਦੁਬਾਰੇ ਰਕਬਾ ਤੇ ਬਕਾਰ ਹੋ ਗਿਆ ਸੀ ਤਾਂ ਅਸੀਂ ਵਿੱਚ ਮਸ਼ੀਨ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅੱਛਾ ਤੇ ਤਜਰਬਾ ਕਿਹਾ ਰਿਹਾ ਫਿਰ ਤਜਰਬਾ ਠੀਕ ਹੈ ਬਸ ਕਹਿੰਦੇ ਨੇ ਕਿ ਸਾਡੇ ਇਲਾਕੇ 'ਚ ਸਭ ਤੋਂ ਵੱਡੀਆਂ ਅਤੇ ਅੱਛੀਆਂ ਮੱਛੀਆਂ ਤੁਹਾਡੇ ਕੋਲ ਮਿਲਦੀਆਂ ਨੇ ਜੀ ਜੀ ਅਤੇ ਇਹਦੇ 'ਚ ਕੀ ਸਦਾਕਤ ਹੈ ਦਰੁਸਤ ਗੱਲ ਹੈ ਜੀ ਉਹ ਮੱਛੀ ਜਿਹੜੀ ਪੁਰਾਣੀ ਰਹਿ ਜੇ ਨਾ ਦੋ ਤਿੰਨ ਸਾਲ ਦੀ ਚਾਰ ਸਾਲ ਪੁਰਾਣੀ ਹੋ ਜੇ ਉਹ ਫਿਰ ਵੱਡੀ ਹੋ ਜਾਂਦੀ ਹੈ ਅੱਛਾ ਜ਼ਾਹਰ ਵਿੱਚ ਵੱਡਾ ਫਾਰਮ ਹੈ ਤਾਂ ਕੋਈ ਰਹਿ ਜਾਂਦੀ ਹੈ ਤੁਹਾਡੇ ਕੋਲ ਹਾਈਐਸਟ ਕਿੰਨੇ ਸਾਈਜ਼ ਤੋਂ ਹਾਲੇ ਤੱਕ ਮੱਛੀ ਸੇਲ ਕੀਤੀ ਹੈ ਅਸੀਂ 13-14 ਕਿਲੋ ਤੱਕ 13-14 ਕਿਲੋ ਤੱਕ ਅੱਛਾ ਮਾਸ਼ਾਅੱਲਾ 8-9 ਸਾਲ ਦਾ ਤਜਰਬਾ ਹੈ ਇਸ ਤਜਰਬੇ ਦੀ ਬੁਨਿਆਦ 'ਤੇ ਨਾਜ਼ਰੀਨ ਦੱਸੋ ਕਿ ਕਿਹੜੀ ਕਿਸਮ ਸਾਡੀ ਪਾਕਿਸਤਾਨੀ ਮਾਰਕੀਟ 'ਚ ਸਹੀ ਰਹਿੰਦੀ ਹੈ ਪ੍ਰੋਫਿਟ ਦੇ ਹਵਾਲੇ ਨਾਲ ਮੱਛੀ ਦੀ ਕਿਹੜੀ ਬਰੀਡ ਸਹੀ ਰਹਿੰਦੀ ਹੈ ਰੋਹ ਮੱਛੀ ਵੀ ਠੀਕ ਹੈ ਬਹੁਤ ਅੱਛੀ ਮੱਛੀ ਜ਼ੈਕ ਵਾਲੀ ਗੁਲਫਾਮ ਮੱਛੀ ਅੱਛੀ ਹੈ ਸਿਲਵਰ ਵੀ ਉਂਝ ਅਸੀਂ ਪਾਏ ਆ ਵਿੱਚ ਹਾਂ ਲੇਕਿਨ ਸਿਲਵਰ ਨੂੰ ਪਸੰਦ ਲੋਕ ਨਹੀਂ ਜ਼ਿਆਦਾ ਕਰਦੇ ਲੇਕਿਨ ਗਰੋਥ ਜ਼ਿਆਦਾ ਸਿਲਵਰ ਕਰਦਾ ਗਰੋਥ ਸਿਲਵਰ ਦੀ ਅੱਛੀ ਹੈ ਜ਼ਿਆਦਾ ਵੱਧ ਤੇ ਸੇਲ ਰਾਹੂ ਦੀ ਅੱਛੀ ਹੈ ਉਹਦੀ ਗਰੋਥ ਅੱਛੀ ਨਹੀਂ ਹੈ ਨਹੀਂ ਉਹ ਜਿਹੜਾ ਨਾ ਸੇ ਜਿਹੜਾ ਰੋਹ ਹੈ ਉਹ ਵਾਧਾ ਘੱਟ ਹੈ ਵਾਧਾ ਘੱਟ ਹੈ ਜੀ ਤੇ ਇੱਕ ਏਕੜ 'ਚ ਕਿੰਨੇ ਕੁ ਬੀਜ ਡਾਲੀ ਦੇ ਨੇ 11-1200 ਦਾਣਾ ਪਾਈਦਾ 11-1200 ਦਾਣਾ ਜੀ ਜੀ ਤੇ ਕਿਹੜੇ ਸੀਜ਼ਨ 'ਚ ਪਾਈਦਾ ਇਹ ਪੈਣਾ ਜੇ ਇਹ ਫਰਵਰੀ ਮਾਰਚ ਪੈਣਾ ਫਰਵਰੀ ਮਾਰਚ ਜੀ ਬਿਲਕੁਲ ਤੇ ਕਿੰਨੇ ਅਰਸੇ 'ਚੋਂ ਤਿਆਰ ਹੋ ਜਾਂਦਾ ਤੂੰ ਸਮਝੋ 2 ਕੁ ਮਹੀਨੇ ਬਾਅਦ ਪੈਣਾ ਸਰਦੀ ਕੰਮ ਹੋ ਜਾਏਗੀ ਫਿਰ ਪੈਣਾ ਜੀ ਤੇ ਕਿੰਨੀ ਦੇਰ ਬਾਅਦ ਉਹ ਤਿਆਰ ਹੋ ਜਾਂਦਾ ਫਸਲ ਬੱਚਾ ਤਾਂ ਤਿਆਰ ਸਾਲ 8-9 ਮਹੀਨੇ 'ਚ ਹੋ ਹੀ ਜਾਂਦਾ
ਲੇਕਿਨ ਉਹ ਉਤਲਾ ਜਿਹਾ ਰਕਬਾ ਨਾ ਉੱਤੇ ਫਾਰਮ ਜਿਹੜਾ ਉਹਦਾ ਤਿਆਰ ਹੁੰਦਾ ਏਦਾਂ ਦੋ ਸਾਲ ਚ ਹੁੰਦਾ ਤਿਆਰ ਬੱਚੇ ਨੂੰ ਪਾਈਦਾ ਕੀ ਓਹਦੀ ਗਰੋਥ ਵਾਸਤੇ? ਇਹਨੂੰ ਚਾਵਲਾਂ ਦਾ ਪਾਊਡਰ ਪਾਈਦਾ ਤੇ ਉਹ ਜਿਹੜੀ ਨਾ ਵੇਸਟ ਪਾਈ ਦੀ ਹੈ, ਉਹ ਜਿਹੜੇ ਮੁਰਗੀਆਂ ਦੀ ਨਹੀਂ ਬਿੱਠਾ ਹੁੰਦੀਆਂ ਉਹ ਪਾਈ ਦੀਆਂ ਨੇ, ਗੋਬਰ ਪਾਈਦਾ ਹੈ ਤੇ ਮਕਈ ਵੀ ਪਿਆ ਕੇ ਤੁਸੀਂ ਪਾ ਸਕਦੇ ਹੋ, ਮਕਈ ਵੀ ਪਿਆ ਕੇ ਜੀ ਪਾ ਸਕਦੇ ਹੋ, ਜ਼ਬਰਦਸਤ। ਤੇ ਕਿੰਨੀ ਕੁ ਮਿਕਦਾਰ ਚ ਪਾਉਣਾ ਹੁੰਦਾ ਇੱਕ ਏਕੜ ਚ? ਇਹ ਤੁਸੀਂ ਨਾ ਉਹ ਤੇ ਇੰਨਾ ਨਹੀਂ ਕੋਈ ਇੰਨਾ ਹੀ ਹੈ, 10-20 ਦਾਬੜੇ ਰੋਜ਼ਾਨਾ ਗੋਬਰ ਤੁਸੀਂ ਇੱਕ ਏਕੜ ਚ ਪਾ ਸਕਦੇ ਹੋ। ਗੋਬਰ ਵੱਖਰਾ ਪਾ ਸਕਦੇ ਹੋ। ਇਹ ਜਿਹੜੇ ਕਹਿੰਦੇ ਨੇ ਜਿਹੜੀਆਂ ਬ੍ਰਾਇਲਰ ਮੁਰਗੀਆਂ ਨੇ ਉਹਦੀਆਂ ਲੱਤਾਂ ਵੀ ਚੌਪ ਕਰਕੇ ਪਾਈਆਂ ਨੇ, ਉਹ ਵੀ ਕੋਈ ਹੈ ਸਿਸਟਮ? ਨਹੀਂ ਅਸੀਂ ਨਹੀਂ ਪਾਈਆਂ। ਨਹੀਂ ਉਹ ਪਾਈਦੇ? ਠੀਕ ਹੈ। ਮੱਛਲੀਆਂ ਨੂੰ 8 ਮਹੀਨੇ ਲੱਗਦੇ ਨੇ ਉੱਤੇ ਵਾਲੇ ਬਨ ਵਾਲੇ ਫਾਰਮ ਚ, ਖਾਦ ਵੀ ਪਾਈ ਦੀ, ਉਸ ਦੌਰਾਨ ਖਾਦ ਵੀ ਪਾਈ ਦੀ ਡੀਏਪੀ ਯੂਰੀਆ ਪਾਈ ਦੀ। ਖੁਰਾਕ ਜ਼ਿਆਦਾ ਚੂਨਾ ਤੁਸੀਂ ਪਾ ਦਿਓ ਤੇ ਪਾਣੀ ਨੂੰ ਸਾਫ਼ ਕਰ ਦੇਗਾ, ਪਾਣੀ ਗੰਦਾ ਹੋ ਜਾਂਦਾ ਖੁਰਾਕ ਜ਼ਿਆਦਾ ਨਾਲ, ਤੇ ਚੂਨਾ ਪਾਓਗੇ ਪਾਣੀ ਸਾਫ਼ ਹੋ ਜਾਏਗਾ, ਬਾਰਿਸ਼ ਠੀਕ ਹੋ ਜਾਂਦੀ, ਹਾਂ ਬਾਰਿਸ਼ਾਂ ਜਦੋਂ ਹੋਣ ਉਦੋਂ ਵੀ ਮੱਛੀ ਨੂੰ ਅਟੈਕ ਹੁੰਦਾ, ਬਾਰਿਸ਼ਾਂ ਅਟੈਕ ਹੋਣਾ ਸ਼ੁਰੂ ਹੋ ਜਾਂਦਾ। ਅੱਛਾ, ਇਹਦੇ ਚ ਉਹਦੀ ਇੱਕ ਏਕੜ ਦੀ ਨਿਗਹਦਾਸ਼ਤ ਕਰਨ ਵਾਸਤੇ ਜਾਂ ਇੱਕ ਬੰਦਾ ਕਿੰਨੇ ਏਕੜ ਦੀ ਨਿਗਹਦਾਸ਼ਤ ਕਰ ਸਕਦਾ ਇਸ ਤਰ੍ਹਾਂ ਦਾ ਇੱਕ ਜਿਹੜਾ ਸੰਭਾਲ ਕਰ ਸਕਦਾ? ਹਾਂ ਹਾਂ, ਇੱਕ ਬੰਦਾ ਹੀ ਬੜਾ ਕਾਫੀ, ਇੱਕ ਏਕੜ ਦੇ ਇੱਕ ਬੰਦਾ ਕਾਫੀ ਹੈ? ਨਹੀਂ, ਇੱਕ ਬੰਦਾ ਹੀ 40 ਏਕੜ ਦੀ ਕਰ ਸਕਦਾ ਜ਼ਿੰਮੇਵਾਰੀ ਪੂਰੀ, 40 ਏਕੜ ਦੀ? ਜੀ ਬਿਲਕੁਲ, ਜ਼ਿੰਦਾਬਾਦ। ਯਾਨੀ ਫਿਰ ਸਾਡਾ ਤੇ ਇੱਕ ਬੰਦਾ 40 ਏਕੜ ਨੂੰ ਸੰਭਾਲ ਸਕਦਾ, ਯਾਨੀ ਕਹਿਣ ਦਾ ਮਤਲਬ ਕਿ ਇਹ 'ਚ ਲੇਬਰ ਬਹੁਤ ਘੱਟ ਦਰਕਾਰ? ਨਹੀਂ, ਬਹੁਤ ਘੱਟ, ਇਹ 'ਚ ਲੇਬਰ ਇਸ਼ੂ ਨਹੀਂ ਹੈ? ਨਹੀਂ, ਕੋਈ ਨਹੀਂ ਇੰਨਾ, ਜ਼ਬਰਦਸਤ। ਤੇ ਇਹਦੇ 'ਚ ਖਰਚਾ ਕਿੰਨਾ ਆ ਜਾਂਦਾ ਇੱਕ ਏਕੜ 'ਚ ਸਾਲ ਦਾ, 8 ਮਹੀਨੇ ਦਾ? ਇਹ 8 ਮਹੀਨੇ ਦਾ ਤੁਸੀਂ ਲਾ ਲਓ ਹਿਸਾਬ, ਵੀ ਇੱਕ ਏਕੜ 'ਚ ਤੁਸੀਂ ਬੱਚਾ ਪਾਉਂਦੇ ਤਾਂ ਬੱਚੇ ਦਾ ਰੇਟ ਦਾ ਫਰਕ ਹੈ ਜ਼ਰਾ, ਬੱਚਾ ਤਾਂ ਜ਼ਾਰ ਇਹ ਕੁਝ 2-3-4 ਰੁਪਏ ਦਾ ਦਾਣਾ ਮਿਲਦਾ, ਕੁਝ ਮੱਛੀ ਐਸੀ ਵੀ ਜ਼ਰੀ ਮਹਿੰਗੀ ਮਿਲਦੀ। ਦੱਸ ਰਹੇ ਹੋ ਖਰਚੇ ਦੇ ਬਾਰੇ 'ਚ, ਤੇ ਤੁਸੀਂ ਦੱਸ ਰਹੇ ਹੋ ਕਿ ਇਹਦੇ ਦਾਣੇ 'ਤੇ ਡਿਪੈਂਡ ਕਰਦਾ ਉਹਦੇ ਦਾਣੇ 'ਤੇ? ਜੀ ਬਿਲਕੁਲ, 1 ਰੁਪਏ ਦਾ 1 ਇੰਚ ਦਾ ਦਾਣਾ ਹੋਏ ਨਾ ਸਿਲਵਰ ਜਿਹੜਾ ਉਹ 50 ਪੈਸੇ ਦਾ ਵੀ ਮਿਲ ਜਾਂਦਾ, 2 ਰੁਪਏ ਦਾ 2 ਇੰਚ ਦਾ ਹੋ ਜਾਣਾ ਜਦੋਂ ਇੱਕ ਪੀਸ, ਇੱਕ ਜਾਨਵਰ 2 ਇੰਚ ਦਾ, ਉਹ 2.5-3 ਰੁਪਏ ਦਾ ਵੀ ਮਿਲਦਾ, ਆ ਤੇ ਜੇ 5 ਇੰਚ ਦਾ ਹੋਏ ਤਾਂ 10 ਰੁਪਏ ਦਾ ਵੀ ਮਿਲਦਾ, 15-20-25-30 ਰੁਪਏ ਤੱਕ ਦਾਣਾ ਮਿਲਦਾ, ਇੱਕ ਰੇਟ ਨਹੀਂ ਹੁੰਦਾ। ਤੁਸੀਂ ਦੱਸ ਰਹੇ ਹੋ 80 ਰੁਪਏ ਤੱਕ ਵੀ ਤੁਹਾਨੂੰ ਕਦੀ ਦਾਣਾ? ਜੀ ਬਿਲਕੁਲ, ਅਸੀਂ ਵੱਡੇ ਦਾਣੇ ਲਿਆ ਕੇ ਜਿਹੜੇ 8-9 ਇੰਚ ਦੇ ਹੁੰਦੇ ਨੇ 80-80 ਰੁਪਏ ਦਾ ਦਾਣਾ ਲਿਆ ਕੇ ਪਾਇਆ ਵਿੱਚ। ਅੱਛਾ, ਤੇ ਫਿਰ ਓਵਰਆਲ ਕਿੰਨਾ ਕੁ ਖਰਚਾ ਬਣ ਜਾਂਦਾ? ਸਿਰਫ ਦਾਣੇ ਦਾ ਖਰਚਾ ਹੁੰਦਾ, ਇਸ ਤੋਂ ਇਲਾਵਾ ਹੋਰ ਕੋਈ? ਨਹੀਂ ਨਹੀਂ, ਉਸ ਤੋਂ ਬਾਅਦ ਤੁਸੀਂ ਲਿਆਉਣਾ ਕਿ ਤੂੰ ਗੱਡੀ ਦਾ ਖਰਚਾ ਪੈਣਾ, ਕੈਰਜ ਪੈਣੀ ਹੈ, ਤੇ ਉੱਥੋਂ ਖਰੀਦ ਕੇ ਲਿਆਉਣਾ, ਗਿਣ ਕੇ ਲਿਆਉਣਾ, ਤੇ ਬੰਦੇ ਤੁਸਾਂ ਉੱਥੋਂ ਨਾ ਗਿਣ ਦੇਣਾ, ਇੱਥੇ ਲਿਆ ਕੇ ਬੰਦੇ ਤੁਹਾਡੇ ਹੋਣੇ ਚਾਹੀਦੇ ਨਾਲ, ਜਿਹਨਾਂ ਵਿੱਚ ਮੱਛੀ ਦਾ ਬੱਚਾ ਤਲਾਵਾਂ ਦੇ ਵਿੱਚ ਡਾਲ ਦੇਣਾ, ਤੇ ਉਸ ਤੋਂ ਬਾਅਦ ਤੁਸੀਂ ਖੁਰਾਕ ਪਾਉਣੀ ਹੈ। ਠੀਕ ਹੈ, ਤੇ ਉਹ ਸਾਰਾ ਕੁਛ ਪਾ ਕੇ ਤੇ ਕਿੰਨਾ ਖਰਚ ਹੋ ਜਾਂਦਾ? ਖਰਚ ਦਾ ਤੇ ਵੇਖੋ ਇਹ ਹਿਸਾਬ ਅਸਾਂ ਨਹੀਂ ਕੱਢਿਆ ਵੀ ਕਿੰਨਾ ਕੁ ਲਾ ਲਓ ਹਿਸਾਬ, ਫਰਕੋ ਫਰਕੀ ਮੱਛੀ ਦਾ ਬੱਚਾ ਹੁੰਦਾ ਵੀ 500 ਰੁਪਿਆ, 500 ਦਾਣਾ ਅਸੀਂ ਪਾ ਦਿੰਦੇ ਹੁੰਦੇ ਹਾਂ ਰਹੂ ਦਾ, ਤੇ 300 ਦਾਣਾ ਅਸੀਂ ਮਰਾਖੀ ਦਾ ਪਾਉਂਦੇ ਹਾਂ, ਤੇ ਦੂਸਰਾ ਵੀ ਕੋਈ 100-100 ਦਾਣਾ ਦੂਸਰੀਆਂ ਕਿਸਮਾਂ ਪਾ ਦਿੰਦੇ ਹਾਂ, ਗਰਾਸ, ਦੂਸਰਾ ਉਹ ਗਰਾਸ ਜਿਹੜਾ ਉਹ ਪੱਠੇ ਖਾਂਦਾ, ਗਰਾਸ ਮੱਛੀ ਅਗਰ ਤੁਸੀਂ ਪਾਣੀ ਵੀ ਤਲਾ ਦੇ ਤਾਂ ਪੱਠੇ ਖਾਂਦੀ ਹੈ, ਪੱਠੇ ਬੀਜ ਕੇ ਪਾਣੀ ਨੂੰ, ਤੇ ਉਹ ਫਰਕੋ ਫਰਕੀ ਰੇਟ
ਏਡਾ ਮਹਿੰਗਾ ਬੱਚਾ ਨਹੀਂ ਹੁੰਦਾ, ਜਿੰਨਾ ਖਰਚ ਲੋਕ ਸਮਝਦੇ ਉਨਾ ਨਹੀਂ ਪੂਰਾ ਹੀ ਖਰਚੇ। ਸਾਲ ਬਾਅਦ ਕੁਛ ਬਚ ਵੀ ਜਾਂਦਾ? ਸਾਲ ਬਾਅਦ ਬਚਦੇ ਨੇ ਪੈਸੇ, ਜਿਹੜੇ ਮਿਹਨਤ ਕਰਦੇ ਬੜੇ ਪੈਸੇ ਬਚਦੇ। ਨਵੇਂ ਦੋਸਤਾਂ ਨੂੰ ਜਿਹੜੇ ਫੀਲਡ 'ਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕੀ ਰਿਕਮੈਂਡ ਕਰੋਗੇ? ਨੌਜਵਾਨ ਕਾਰੋਬਾਰ ਦਿਲ ਖੋਲ ਕੇ ਕਰ ਸਕਦੇ ਨੇ, ਮਤਲਬ ਇੱਕ ਹੁੰਦਾ ਨਾ ਟੈਨਸ਼ਨ ਕਿ ਹੋ ਰਿਹਾ ਮੈਨੂੰ ਕੁਛ ਬਚਣਾ ਨਹੀਂ, ਕਰਨ ਦੇ ਫਾਇਦਾ ਹੋਏਗਾ, ਫਾਇਦਾ ਹੋਏਗਾ, ਠੀਕ ਕਾਰੋਬਾਰ ਹੈ। ਜੀ ਬਿਲਕੁਲ। ਅੱਛਾ ਜੀ, ਇੱਕ ਹੁਣ ਇਸ਼ੂ ਆਉਂਦਾ ਅੱਜ ਕੱਲ੍ਹ ਕਿ ਜੰਗਲੀ ਮੱਛੀ ਆ ਜਾਂਦੀ ਹੈ, ਉਹਦੇ ਵਾਸਤੇ ਇੱਕ ਕੋਈ ਕਿਸਮ ਹੈ ਮੱਛੀ ਦੀ ਜਿਹੜੀ? ਨਹੀਂ, ਜੰਗਲੀ ਮੱਛੀ ਇਹਦੇ ਵਿੱਚ ਨਹੀਂ ਪਾਈ ਦੀ, ਜੰਗਲੀ ਮੱਛੀ ਦੂਜੀਆਂ ਦਾ ਬੱਚਾ ਖਾ ਜਾਂਦੀ ਹੈ। ਮੈਂ ਉਹੀ ਫਾਰਮੀ ਮੱਛੀ ਜਿਹੜੀ ਇਹ ਲੈਦਾ ਹੀ ਹੈ। ਅੱਛਾ, ਜੰਗਲੀ ਮੱਛੀ ਜਿਹੜੀ ਉਹ ਵੀ ਤੁਸੀਂ ਉਹ ਜਿਹੜੀ ਉਹ ਮਲੀ ਉਹ ਤੁਸੀਂ ਵਿੱਚ ਪਾਉਂਦੇ ਹੋ ਤਾਂ ਦੂਜਾ ਬੱਚਾ ਖਾ ਛੱਡਦੀ ਹੈ। ਮੱਛੀ ਫੜ ਲਈ ਨਾ, ਜੰਗਲੀ ਮੱਛੀ ਜ਼ਿਆਦਾ ਵਿੱਚ ਹੈ, ਅਬਲ ਤੇ ਫੜ ਕੇ ਠੀਕ ਹੈ, ਨਹੀਂ ਤੇ ਦਵਾਈ ਪਾ ਕੇ ਖਤਮ ਕਰ ਲੋ। ਬਾਅਦ ਚੈਂਡ ਤੇ ਤੁਸੀਂ ਦਵਾਈ ਪਾਣੀ ਕੋਈ ਤਾਂ ਖਤਮ ਹੋਣੀ ਹੈ, ਤੇ ਨਹੀਂ ਤੇ ਜਾਲਾ ਨਾ ਫੜ ਕੇ ਖਤਮ ਹੋ ਜੇ, ਅਗੋ ਤੁਸੀਂ ਉਹ ਕਿਹੜਾ ਵਿੱਚ ਆ ਜਾਣੀ ਦੁਬਾਰਾ। ਠੀਕ ਹੋ ਗਿਆ। ਅੱਛਾ ਸਰ ਜੀ, ਬੱਚਾ ਕਿੱਥੋਂ ਮਿਲਦਾ ਅੰਕਲ ਜੀ, ਵੀ ਦੱਸ ਦਿਓ। ਇਹ ਅਲੀਪੁਰੋਂ ਹੀ ਮਿਲਦਾ ਹੈ, ਐਡ ਕਾਦਰਾਬਾਦ ਤੋਂ। ਹੈਡ ਕਾਦਰਾਬਾਦ ਤੋਂ? ਹਾਂ, ਉਸ ਸਾਈਡ ਤੋਂ ਮਿਲਦਾ ਅਲੀਪੁਰ। ਇਹ ਕਿਹੜੇ ਜ਼ਿਲ੍ਹੇ ਚ ਆਉਂਦਾ? ਅਲੀਪੁਰ ਇਹ ਵਜ਼ੀਰਾਬਾਦ ਤੋਂ ਅੱਗੇ ਵੇ ਲੈਂਦੇ। ਅਲੀਪੁਰ ਚੱਠਾ? ਅਲੀਪੁਰ ਚੱਠਾ, ਉਹ ਤੋਂ ਮਿਲਦਾ ਅਲੀਪੁਰ ਚੱਠਾ। ਅੱਛਾ, ਅੱਜ ਕੱਲ੍ਹ ਇੱਕ ਨਵੀਂ ਟੈਕਨੋਲੋਜੀ ਆਈ ਹੈ ਫਿਸ਼ ਫਾਰਮ ਦੀ, ਬਾਇਓਫਲਾਕ ਵਾਟਰ ਟੈਂਕ ਦੇ ਜ਼ਰੀਏ ਜਿਹੜਾ ਨਾ ਮੱਛੀ ਪਾਲਦੇ ਨੇ। ਅੱਛਾ, ਉਹ ਠੀਕ ਰਹਿੰਦਾ ਜਾਂ ਓਪਨ ਵਾਲਾ? ਸਰ ਠੀਕ ਨਹੀਂ, ਉਹ ਟੈਂਕ ਜਿਹੜਾ ਆਉਂਦੇ ਨੇ ਕਿ ਟੈਂਕ ਹੁੰਦੇ ਨੇ ਉਹਦੇ 'ਚ ਮੱਛੀ ਪਾਲਦੇ ਨੇ, ਉਹਨੇ ਉਹਦਾ ਨਹੀਂ ਸਰ ਪਤਾ? ਉਹਦਾ ਨਹੀਂ ਪਤਾ, ਯਾਨੀ ਉਹਦਾ ਕੰਪੈਰੀਜ਼ਨ ਨਹੀਂ ਹੈ ਤੁਹਾਡੇ ਕੋਲ? ਠੀਕ ਹੋ ਗਿਆ। ਅੱਛਾ, ਅਗਰ ਕਿਸੇ ਦੋਸਤ ਨੂੰ ਮੱਛੀਆਂ ਦਰਕਾਰ ਹੋਣ ਜ਼ਿਆਦਾ ਕੁਆਂਟਿਟੀ, ਜਾਂ ਕਿਸੇ ਵਪਾਰੀ ਨੇ ਖਰੀਦੀਆਂ ਹੋਣ, ਤਾਂ ਕਿਆ ਤੁਹਾਡੇ ਨਾਲ ਰਾਬਤਾ ਕਰ ਸਕਦੇ? ਖਰੀਦਣੀਆਂ ਹੋਣ ਤਾਂ? ਹਾਂਜੀ, ਹਾਂ ਚਲੋ ਰਾਬਤਾ ਕਰ ਸਕਦੇ ਨੇ ਸਾਡੇ ਕੋਲ, ਜਿੰਨਾ ਚਿਰ ਮੱਛੀ ਹੈ ਸਾਡੇ ਕੋਲ ਨਿਕਲਦੀ, ਮਹੀਨਾ ਕੁ ਮੱਛੀ ਸਾਡੇ ਕੋਲ ਲੈ ਸਕਦੇ ਨੇ ਆ ਕੇ। ਠੀਕ ਹੈ, ਨੰਬਰ ਦੱਸ ਛੱਡੋ ਆਪਣਾ। ਨੰਬਰ ਹੈ 0333 837 786। ਅੱਛਾ ਸਰ, ਵੈਸੇ ਤੁਸੀਂ ਆਮ ਤੌਰ 'ਤੇ ਮੱਛੀਆਂ ਕਿੱਥੇ ਸੇਲ ਕਰਦੇ ਹੋ, ਕੀ ਤਰੀਕੇ? ਅਸੀਂ ਉੱਥੇ ਖੜਦੇ ਜੇ ਇਹ ਕੋਟ ਹਰਿਆਲੇ ਐਡ ਕਾਦਰਾਬਾਦ ਵਾਲੀ ਹੈ, ਕੋਟ ਹਰਾ ਮੰਡੀ ਬਾਗਟ ਮੰਡੀ ਹੈ। ਛੋਟੀ ਮੱਛੀ 200, ਵੱਡੀ 300 ਰੁਪਿਆ ਕਿਲੋ। 200-300 ਰੁਪਏ ਕਿਲੋ। ਸਭ ਤੋਂ ਮਹਿੰਗਾ ਰੇਟ ਕਿਸ ਮੱਛੀ ਦਾ? ਉਹ 1200-1200 ਰੁਪਏ ਕਿਲੋ। 1200 ਕਦੇ ਕੁੰਡੀ ਨਾਲ ਮੱਛੀ ਜ਼ਿਆਦਾ ਫੜੀ ਜਾਂਦੀ ਹੈ। 16 ਦਾ ਫਾਰਮ ਉੱਤੇ ਲੋਕ ਬਣਾਉਣ ਤੇ ਕਾਮਯਾਬ ਹੋ ਹੀ ਜਾਂਦਾ, ਲੇਕਿਨ ਉਹ ਉੱਤੇ ਬਣਾਉਣਾ ਪੈਂਦਾ ਹੈ, ਜਿਹੜਾ ਸਾਡਾ ਹੈ ਨਾ ਉਹ ਨਹੀਂ ਜਾਂਦਾ। ਮੁਨਾਫਾ ਫਿਰ ਕਿਹੜੀ ਕਿਸਮ ਚ ਸਹੀ ਹੁੰਦਾ? 100 ਜ਼ਿਆਦਾ ਪੜੇ ਤੇ ਮੁਨਾਫਾ ਬਹੁਤ ਜ਼ਿਆਦਾ। 16 ਦਾ ਫਾਰਮ ਅਸੀਂ ਨਹੀਂ ਬਣਾਇਆ, ਉੱਤੇ ਲੋ 100 ਤੇ ਜਿਕਣਾ 20-25 ਮਣ ਮੱਛੀ ਕਿੱਲੇ ਦੀ 100 ਨਿਕਲ ਜੇ ਤਾਂ ਉੱਥੇ ਬੜੇ ਢੇਰ ਲੱਖਾਂ ਰੁਪਈਏ ਬਣ ਜਾਂਦੇ। ਅੱਛਾ, ਜ਼ਬਰਦਸਤ ਸਰ, ਤੁਸੀਂ ਬੜੀ ਬੇਸ਼ਕੀਮਤ ਮਲੂਮਾਤ ਦਿੱਤੀ ਨੌਜਵਾਨਾਂ ਨੂੰ, ਤੁਹਾਡੀ ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਅਸਲਾਮ ਵਾਲੇਕੁਮ।